ਸਰਕਾਰ ਦੇ ਵੱਲੋਂ ਇੱਕ ਨਵਾਂ ਚੰਨ ਸਿੱਖਿਆ ਵਿਭਾਗ ਦੇ ਵਿੱਚ ਚਾੜਿਆ ਗਿਆ। ਸਰਕਾਰ ਨੇ ਜਿੰਨੇ ਵੀ ਸਰਕਾਰੀ ਸਕੂਲ ਦੇ ਵਿੱਚ ਵਿਦਿਆਰਥੀ ਨੇ ਉਹਨਾਂ ਨੂੰ ਪ੍ਰਮੋਟ ਕਰ ਦਿੱਤਾ ਹੈ, ਭਾਵੇਂ ਕਿ ਜਿਹੜਾ ਵਿਦਿਆਰਥੀ ਫੇਲ ਹੋਵੇ, ਭਾਵੇਂ ਉਹ ਵਿਦਿਆਰਥੀ ਸਕੂਲ ਦੇ ਵਿੱਚ ਲੰਬੇ ਸਮੇਂ ਤੋਂ ਗੈਰ ਹਾਜ਼ਰ ਹੋਵੇ। ਜ਼ਾਹਿਰ ਤੌਰ ਦੇ ਉੱਤੇ ਜਿਹੜਾ ਵਿਦਿਆਰਥੀ ਲੰਬੇ ਸਮੇਂ ਤੋਂ ਸਕੂਲ ਦੇ ਵਿੱਚ ਆਉਂਦਾ ਹੀ ਨਹੀਂ ਹੋਵੇਗਾ ਤਾਂ ਯਕੀਨਨ ਉਸਨੂੰ ਕੁਝ ਜਿਹੜਾ ਹੈ ਉਹ ਬਹੁਤ ਘੱਟ ਪੜ੍ਹਨਾ ਆਉਂਦਾ ਹੋਵੇਗਾ, ਜਾਂ ਫਿਰ ਉਹ ਆਪਣੀ ਜਮਾਤ ਦੇ ਵਿੱਚ ਤਾਂ ਪਾਸ ਹੋ ਕੇ ਅਗਲੀ 'ਚ ਚਲਾ ਜਾਵੇਗਾ, ਤਾਂ ਅਗਲੀ 'ਚ ਵੀ ਜੇਕਰ ਫੇਲ ਹੋ ਜਾਂਦਾ ਹੈ ਤਾਂ ਉਸਨੂੰ ਫਿਰ ਤੋਂ ਪਾਸ ਕਰ ਦਿੱਤਾ ਜਾਵੇਗਾ। ਇਸ ਤਰੀਕੇ ਦੇ ਨਾਲ ਪੰਜਾਬ ਦਾ ਸਿੱਖਿਆ ਵਿਭਾਗ ਘਿਰਦਾ ਹੋਇਆ ਨਜ਼ਰ ਆ ਰਿਹਾ ਹੈ। ਅਤੇ ਨਾਲ ਹੀ ਦੱਸੀਏ ਕਿ ਪ੍ਰਮੋਟ ਸਾਰੇ ਬੱਚਿਆਂ ਨੂੰ ਸਰਕਾਰ ਦੇ ਵੱਲੋਂ ਕਰ ਦਿੱਤਾ ਗਿਆ ਹੈ ਅਤੇ ਇੱਕ ਰਿਪੋਰਟ ਛਪੀ ਹੈ, ਉਸ ਬਾਬਤ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਅਤੇ ਨਾਲ ਹੀ ਸਰਕਾਰ ਨੇ ਕਿਹੜਾ ਨਵਾਂ ਚੰਨ ਚਾੜ ਦਿੱਤਾ ਹੈ ਉਸ ਬਾਰੇ ਵਿਸਥਾਰ ਦੇ ਨਾਲ ਦੱਸਾਂਗੇ ਕਿਸ ਤਰੀਕੇ ਦੇ ਨਾਲ ਪੰਜਾਬ ਦਾ ਜਿਹੜਾ ਸਿੱਖਿਆ ਢਾਂਚਾ ਹੈ ਉਹ ਅੰਦਰੋਂ ਅੰਦਰੀ ਘੁਣ ਵਾਂਗੂ ਖੋਖਲਾ ਹੋ ਰਿਹਾ ਹੈ ਅਤੇ ਜਿਹੜੇ ਬੱਚੇ ਫੇਲ ਹੋਏ ਨੇ ਉਹਨਾਂ ਨੂੰ ਉਸੇ ਜਮਾਤ ਦੇ ਵਿੱਚ ਪੜ੍ਹਨ ਦੀ ਬਜਾਏ ਅੱਗੇ ਪ੍ਰਮੋਟ ਕੀਤਾ ਜਾ ਰਿਹਾ ਹੈ। ਤਾਂ ਦੱਸ ਦਈਏ ਕਿ ਸਿੱਖਿਆ ਸੁਧਾਰ ਦੇ ਵਿੱਚ ਕ੍ਰਾਂਤੀ ਲਿਆਉਣ ਦਾ ਦਾਅਵਾ ਲੈ ਕੇ ਸੱਤਾ ਦੇ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਿੱਖਿਆ ਵਿਭਾਗ ਦੇ ਨਵੇਂ ਹੀ ਕਾਰਨਾਮੇ ਕਰਦਿਆਂ ਲੰਘੇ ਇਮਤਿਹਾਨਾਂ ਦੇ ਵਿੱਚ ਸੂਬੇ ਦੇ ਸਾਰੇ ਪ੍ਰਾਇਮਰੀ ਅਤੇ ਨੋਨ ਪ੍ਰਾਇਮਰੀ ਕਲਾਸਾਂ ਦੇ ਪਾਸ ਹੋਏ ਵਿਦਿਆਰਥੀਆਂ ਦੇ ਨਾਲ ਨਾਲ ਫੇਲ ਅਤੇ ਲੰਬੇ ਸਮੇਂ ਤੋਂ ਗੈਰ ਹਾਜ਼ਰ ਰਹੇ ਵਿਦਿਆਰਥੀਆਂ ਨੂੰ ਹੀ ਪਾਸ ਕਰਕੇ ਅਗਲੀ ਕਲਾਸ ਦੇ ਵਿੱਚ ਪ੍ਰਮੋਟ ਕਰ ਦਿੱਤਾ ਹੈ। ਮਿਲੀ ਜਾਣਕਾਰੀ ਦੇ ਅਨੁਸਾਰ 28 ਮਾਰਚ ਨੂੰ ਸੂਬੇ ਦੇ ਸਰਕਾਰੀ ਸਕੂਲਾਂ ਨੇ ਆਪਣੇ ਨਤੀਜੇ ਐਲਾਨ ਕਰਨਾ ਹੁੰਦਾ ਹੈ। ਇਸ ਦੇ ਵਿੱਚ ਪਾਸ ਵਿਦਿਆਰਥੀ ਅਗਲੀ ਕਲਾਸ ਦੇ ਵਿੱਚ ਪ੍ਰਮੋਟ ਹੋ ਜਾਂਦੇ ਹਨ ਅਤੇ ਲੰਬੇ ਸਮੇਂ ਤੋਂ ਗੈਰ ਹਾਜ਼ਰ ਅਤੇ ਫੇਲ ਵਿਦਿਆਰਥੀ ਨੂੰ ਉਹਨਾਂ ਕਲਾਸਾਂ ਦੇ ਵਿੱਚ ਦੁਬਾਰਾ ਦਾਖਲਾ ਲੈਣਾ ਪੈਂਦਾ ਹੈ। ਸੂਤਰਾਂ ਦੇ ਅਨੁਸਾਰ ਅਧਿਆਪਕਾਂ ਦੇ ਵੱਲੋਂ 28 ਮਾਰਚ ਨੂੰ ਐਲਾਨ ਕੀਤੇ ਨਤੀਜੇ ਦੇ ਵਿੱਚ ਫੇਲ ਅਤੇ ਗੈਰ ਹਾਜ਼ਰ ਰਹੇ ਬੱਚਿਆਂ ਦਾ ਨਤੀਜਾ ਸਿੱਖਿਆ ਵਿਭਾਗ ਨੂੰ ਜਿਉਂ ਦਾ ਤਿਉਂ ਦੱਸਿਆ ਗਿਆ, ਪਰ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਅੱਜ ਜਦੋਂ ਉਸੇ ਸਹੀ ਦੱਸੇ ਨਤੀਜਿਆਂ ਨੂੰ ਸਿੱਖਿਆ ਵਿਭਾਗ ਦੇ ਈ ਪੰਜਾਬ ਪੋਰਟਲ ਦੇ ਉੱਤੇ ਅਧਿਆਪਕ ਚੜਾਉਣ ਲੱਗੇ ਤਾਂ ਪਹਿਲਾਂ ਤਾਂ ਪੋਰਟਲ ਖੁੱਲ੍ਹਿਆ ਹੀ ਨਹੀਂ ਅਤੇ ਇਹਨਾਂ ਨੂੰ ਸਿੱਖਿਆ ਵਿਭਾਗ ਦੇ ਵੱਲੋਂ ਸੂਬੇ ਦੇ ਸਮੂਹ ਸਕੂਲਾਂ ਮੁਖੀਆਂ ਦੇ ਮੋਬਾਈਲ ਦੇ ਉੱਤੇ ਬਣੇ ਸਿੱਖਿਆ ਵਿਭਾਗ ਦੇ ਹਦਾਇਤਾਂ ਸੰਬੰਧੀ ਗਰੁੱਪ ਦੇ ਵਿੱਚ ਸੁਨੇਹੇ ਆਉਂਦੇ ਨੇ ਕਿ ਸਕੂਲ ਮੁਖੀ ਧਿਆਨ ਦੇਣ ਜੀ ਈ ਪੰਜਾਬ ਪੋਰਟਲ ਦੇ ਉੱਪਰ 1, 2, 3, 4, 6, 7, 9 ਅਤੇ 11 ਯਾਨੀ ਕਿ ਇਹ ਜਮਾਤਾਂ ਦੇ ਵਿਦਿਆਰਥੀਆਂ ਦਾ ਡਾਟਾ ਅਗਲੀ ਜਮਾਤ ਦੇ ਸਿਸਟਮ ਦੇ ਵਿੱਚ ਜਿਹੜਾ ਸਿਸਟਮ ਦੇ ਵੱਲੋਂ ਪ੍ਰਮੋਟ ਕਰ ਦਿੱਤਾ ਗਿਆ ਹੈ। ਸਿਰਫ ਪ੍ਰੀ ਪ੍ਰਾਇਮਰੀ ਅਤੇ ਬੋਰਡ ਜਮਾਤਾਂ ਦਾ ਡਾਟਾ ਪ੍ਰਮੋਟ ਨਹੀਂ ਕੀਤਾ ਗਿਆ ਹੈ। ਸੋ ਪ੍ਰਾਇਮਰੀ ਜਮਾਤਾਂ ਨੂੰ ਅਗਲੀ ਕਲਾਸ ਦੇ ਵਿੱਚ ਪ੍ਰਮੋਟ ਸਕੂਲ ਲੈਵਲ ਦੇ ਉੱਤੇ ਕਰ ਦਿੱਤਾ ਜਾਵੇ। ਬੋਰਡ ਦੀਆਂ ਕਲਾਸਾਂ ਦੀਆਂ ਅਗਲੀਆਂ ਹਦਾਇਤਾਂ ਦਾ ਇੰਤਜ਼ਾਰ ਕਰੋ। ਇਸ ਸੁਨੇਹੇ ਤੋਂ ਤੁਰੰਤ ਬਾਅਦ ਇਹ ਵਿਭਾਗ ਦਾ ਈ ਪੰਜਾਬ ਪੋਰਟਲ ਚੱਲ ਪੈਂਦਾ ਹੈ ਅਤੇ ਸੂਬੇ ਦੇ ਸਕੂਲਾਂ ਦੇ ਅਧਿਆਪਕਾਂ ਦੇ ਵੱਲੋਂ ਐਲਾਨ ਨਤੀਜੇ ਅਧਿਆਪਕਾਂ ਦੇ ਵੱਲੋਂ ਬਿਨਾਂ ਪੋਰਟਲ ਦੇ ਉੱਤੇ ਚਾੜੇ ਹੀ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਦੇ ਨਾਲ ਨਾਲ ਸੂਬੇ ਦੇ ਸਮੂਹ ਸਕੂਲਾਂ ਦੇ ਫੇਲ ਅਤੇ ਲੰਬੇ ਸਮੇਂ ਤੋਂ ਗੈਰ ਹਾਜ਼ਰ ਰਹਿਣ ਵਾਲੇ ਵਿਦਿਆਰਥੀ ਵੀ ਪਾਸ ਕਰ ਦਿੱਤੇ ਜਾਂਦੇ ਹਨ ਅਤੇ ਹੋਰ ਤਾਂ ਹੋਰ ਅਗਲੀ ਕਲਾਸ ਦੇ ਵਿੱਚ ਪ੍ਰਮੋਟ ਹੋਏ ਦੱਸ ਦਿੰਦੇ ਹਨ। ਜਦੋਂ ਕਿ ਜਾਪਦੇ ਅਨੁਸਾਰ ਵਿਦਿਆਰਥੀ ਦੇ ਪਾਸ ਫੇਲ ਦਾ ਰਿਕਾਰਡ ਸਕੂਲ ਅਧਿਆਪਕਾਂ ਦੇ ਵੱਲੋਂ ਹੀ
ਸਿੱਖਿਆ ਵਿਭਾਗ ਦੇ ਈ ਪੰਜਾਬ ਪੋਰਟਲ ਦੇ ਉੱਤੇ ਚਾੜਨਾ ਬਾਕੀ ਸੀ ਅਤੇ ਉਹਨਾਂ ਦੁਆਰਾ ਹੀ ਵਿਦਿਆਰਥੀਆਂ ਦੇ ਨਤੀਜੇ ਮੁਤਾਬਿਕ ਰਿਕਾਰਡ ਤਿਆਰ ਕਰਕੇ ਈ ਪੰਜਾਬ ਪੋਰਟਲ ਦੇ ਉੱਤੇ ਅਪਡੇਟ ਕਰਨਾ ਹੁੰਦਾ ਹੈ, ਪਰ ਇਸ ਬਾਰੇ ਸਕੂਲ ਮੁਖੀ ਦੇ ਮੋਬਾਈਲ ਦੇ ਉੱਤੇ ਭੇਜੇ ਸੁਨੇਹੇ ਨੇ ਸਾਰੇ ਫੇਲ ਅਤੇ ਗੈਰ ਹਾਜ਼ਰ ਵਿਦਿਆਰਥੀ ਪਾਸ ਕਰਕੇ ਨਵਾਂ ਹੀ ਕਾਰਨਾਮਾ ਕਰ ਦਿੱਤਾ ਹੈ। ਸਿੱਖਿਆ ਵਿਭਾਗ ਦੇ ਹਾਸੋਹੀਣ ਹੁਕਮਾਂ ਦੀ ਗੱਲ ਕਰੀਏ ਤਾਂ ਵਿਭਾਗ ਦੇ ਅਨੁਸਾਰ ਸਕੂਲ ਅਧਿਆਪਕਾਂ ਨੂੰ ਪ੍ਰੀ ਪ੍ਰਾਇਮਰੀ ਜਮਾਤਾਂ ਨੂੰ ਅਗਲੀ ਕਲਾਸ ਦੇ ਵਿੱਚ ਪ੍ਰਮੋਟ ਸਕੂਲ ਲੈਵਲ ਤੋਂ ਕਰਨ ਦੀ ਗੱਲ ਆਖੀ ਗਈ ਹੈ, ਜਦੋਂ ਕਿ ਇਹ ਜਮਾਤਾਂ ਦੇ ਬੱਚੇ ਉਮਰ ਦੇ ਵਿੱਚ ਬਹੁਤ ਛੋਟੇ ਹੁੰਦੇ ਨੇ। ਇਹਨਾਂ ਦਾ ਨਤੀਜਾ ਵੀ ਬਹੁਤਾ ਮਾਇਨੇ ਨਹੀਂ ਰੱਖਦਾ ਹੈ ਅਤੇ ਜਿਨ੍ਹਾਂ ਕਲਾਸਾਂ ਦਾ ਮਾਇਨੇ ਰੱਖਦਾ ਹੁੰਦਾ ਹੈ ਉਹਨਾਂ ਨੂੰ ਸਿੱਖਿਆ ਵਿਭਾਗ ਨੇ ਆਪ ਮੁਹਾਰੇ ਹੀ ਪਾਸ ਕਰ ਦਿੱਤਾ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਸਿੱਖਿਆ ਵਿਭਾਗ ਦੇ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਸਿੱਖਿਆ ਵਿਭਾਗ ਦੇ ਵੱਲੋਂ ਕੁਝ ਦਿਨ ਪਹਿਲਾਂ ਲੁਕਵੇਂ ਤੌਰ ਦੇ ਉੱਤੇ ਇਹ ਹੁਕਮ ਵੀ ਸਕੂਲ ਮੁਖੀ ਤੱਕ ਭੇਜੇ ਗਏ ਸਨ ਕਿ 31 ਮਾਰਚ ਤੱਕ ਕਿਸੇ ਵੀ ਬੱਚੇ ਦਾ ਸਕੂਲ ਦੇ ਵਿੱਚੋਂ ਨਾਮ ਨਾ ਕੱਟਿਆ ਜਾਵੇ ਅਤੇ ਨਾ ਹੀ ਕਿਸੇ ਬੱਚੇ ਨੂੰ ਟ੍ਰਾਂਸਫਰ ਸਰਟੀਫਿਕੇਟ ਜਾਰੀ ਕੀਤਾ ਜਾਵੇ। ਉੱਥੇ ਸਿੱਖਿਆ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਮੌਕੇ ਇਸ ਵਿਸ਼ੇ ਦੇ ਉੱਤੇ ਆਪਣੀ ਰਾਏ ਦਿੰਦੇ ਸਿੱਖਿਆ ਮਾਹਿਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੋਟਾਂ ਨੂੰ ਲੈ ਕੇ ਸਿੱਖਿਆ ਦੇ ਨਵੇਂ ਰਿਕਾਰਡ ਤੋੜਨ ਦੀ ਤਿਆਰੀ ਦੇ ਵਿੱਚ ਨਤੀਜੇ ਵਿਖਾ ਕੇ ਲੋਕਾਂ ਨੂੰ ਮੂਰਖ ਬਣਾਉਣਾ ਚਾਹੁੰਦੀ ਹੈ। ਉਹਨਾਂ ਕਿਹਾ ਹੈ ਕਿ ਸਿੱਖਿਆ ਕ੍ਰਾਂਤੀ ਲਿਆਉਣ ਦੀ ਪਰਿਭਾਸ਼ਾ ਫੇਲ ਅਤੇ ਗੈਰ ਹਾਜ਼ਰ ਵਿਦਿਆਰਥੀਆਂ ਨੂੰ ਪਾਸ ਕਰਨਾ, ਅਗਲੀ ਕਲਾਸ ਦੇ ਵਿੱਚ ਭੇਜਣਾ ਨਹੀਂ, ਇਹ ਤਾਂ ਕੋਈ ਕਾਰਨ ਨਹੀਂ ਹੋਇਆ। ਇੱਕ ਉੱਤੇ ਪੰਜਾਬ ਸਰਕਾਰ ਦਾ ਸਿੱਖਿਆ ਵਿਭਾਗ ਆਪਣਾ ਨਤੀਜਾ 100% ਘੋਸ਼ਿਤ ਕਰਨਾ ਚਾਹੁੰਦੀ ਹੈ, ਦੂਸਰਾ ਈ ਪੋਰਟਲ ਦੀ ਕਮਾਂਡ ਆਪਣੇ ਹੱਥਾਂ 'ਚ ਲੈ ਕੇ ਸਾਬਤ ਕਰਨਾ ਚਾਹੁੰਦੀ ਹੈ ਸਰਕਾਰੀ ਸਕੂਲ ਦੇ ਵਿੱਚ ਕੋਈ ਬੱਚਾ ਸਕੂਲ ਛੱਡ ਕੇ ਗਿਆ ਹੀ ਨਹੀਂ ਹੈ। ਤਾਂ ਕਹਿ ਸਕਦੇ ਹਾਂ ਕਿ ਇਸ ਰਿਪੋਰਟ ਜਿਹੜੀ ਕਿ ਅਜੀਤ ਅਖਬਾਰ ਦੇ ਵਿੱਚ ਛਪੀ ਹੈ, ਇਸਨੇ ਸਾਰੇ ਸਰਕਾਰ ਦੀਆਂ ਪੋਲਾਂ ਖੋਲ੍ਹ ਦਿੱਤੀਆਂ, ਕਿਸ ਤਰੀਕੇ ਦੇ ਨਾਲ ਸਰਕਾਰ ਦਿਨ ਪ੍ਰਤੀ ਦਿਨ ਸਿੱਖਿਆ ਵਿਭਾਗ ਦੇ ਵਿੱਚ ਨਵੇਂ ਚੰਨ ਚੜ੍ਹ ਰਹੀ ਹੈ। ਜਿਹੜਾ ਵਿਦਿਆਰਥੀ ਥੋੜ੍ਹੇ ਬਹੁਤੇ ਨੰਬਰਾਂ ਤੋਂ ਰਹਿ ਜਾਂਦਾ, ਯਾਨੀ ਕਿ ਉਹ ਫੇਲ ਹੋ ਜਾਂਦਾ ਹੈ, ਚਾਹੇ ਇੱਕ ਵੀ ਨੰਬਰ ਚਾਹੇ ਅੱਧਾ ਵੀ ਨੰਬਰ ਘਟਿਆ ਹੋਵੇ, ਪਰ ਉੱਥੇ ਹੀ ਸਿੱਖਿਆ ਵਿਭਾਗ ਨੇ ਸਾਰੇ ਹੀ ਵਿਦਿਆਰਥੀ, ਚਾਹੇ ਉਹ ਗੈਰ ਹਾਜ਼ਰ ਹੋਵੇ, ਚਾਹੇ ਉਹ ਜਿਹੜੇ ਨੇ ਹਾਜ਼ਰ ਹੋਵੇ, ਚਾਹੇ ਉਹ ਪਾਸ ਹੋਵੇ, ਚਾਹੇ ਉਹ ਫੇਲ ਹੋਵੇ, ਸਭ ਨੂੰ ਪ੍ਰਮੋਟ ਕਰ ਦਿੱਤਾ ਹੈ। ਯਾਨੀ ਕਿ ਹੌਲੀ ਹੌਲੀ ਪੰਜਾਬ ਦਾ ਜਿਹੜਾ ਸਿੱਖਿਆ ਢਾਂਚਾ ਹੈ ਉਹ ਘੁਣ ਮੰਗੋ ਖੋਖਲਾ ਹੋ ਰਿਹਾ ਹੈ। ਇਸ ਬਾਬਤ ਤੁਹਾਡੀ ਕੀ ਰਾਏ ਹੈ, ਕਮੈਂਟ ਦੇ ਜ਼ਰੀਏ ਪ੍ਰਤੀਕਿਰਿਆ ਦੇ ਸਕਦੇ ਹੋ। ਹੋਰ ਤਾਜ਼ਾ ਅਪਡੇਟ ਜਾਣਨ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ।